ਲਾਹੌਰ ਦੇ ਕਿਲ੍ਹੇ ਵਿੱਚ ਜਿੱਥੇ ਸਿੱਖ ਰਾਜ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉੱਥੇ ਇੱਕ ਬੜੀ ਕਮਾਲ ਦੀ ਚੀਜ਼ ਤੁਹਾਨੂੰ ਦਿਖਾਉਂਦੇ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਅਕਸਰ ਹੱਥਾਂ ਦੀਆਂ, ਪੈਰਾਂ ਦੀਆਂ, ਮਾਰਬਲ ਦੇ ਨਾਲ ਜਾਂ ਮਿੱਟੀ ਦੇ ਨਾਲ ਨਕਲਾਂ ਬਣਾਈਆਂ ਜਾਂਦੀਆਂ ਸੀ, ਔਰ ਮਹਾਰਾਣੀ ਜਿੰਦਾ ਦੀ ਹੱਥਾਂ ਦੀ ਜਿਹੜੀ ਨਕਲ ਬਣਾਈ ਗਈ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਹ ਮਹਾਰਾਣੀ ਜਿੰਦਾ ਦੇ ਹੱਥ ਦੀ ਉਹ ਨਕਲ ਹੈ ਜਿਸ ਨੂੰ ਪੱਥਰ ਦੇ ਨਾਲ ਤਰਾਸ਼ਿਆ ਗਿਆ। ਪੱਥਰ ਦੇ ਨਾਲ ਤਰਾਸ਼ ਕੇ ਇਹ ਜੋ ਹੀਰੇ ਜਵਾਹਰਾਤ ਉਹਨਾਂ ਦੇ ਉਸ ਵੇਲੇ ਪਾਏ ਹੋਣਗੇ, ਇਹ ਉਹ ਨਜ਼ਰ ਆ ਰਹੇ ਨੇ। ਔਰ ਇਸ ਤਰੀਕੇ ਦੇ ਨਾਲ ਪਹਿਲਾਂ ਕਲੇ ਜਾਂ ਮਿੱਟੀ ਦਾ ਇੱਕ ਆਰਟੀਫਿਸ਼ਲ ਆਰਜ਼ੀ ਤੌਰ ਦੇ ਉੱਤੇ ਸਾਂਚਾ ਤਿਆਰ ਕਰ ਲਿਆ ਜਾਂਦਾ ਸੀ, ਔਰ ਫਿਰ ਉਸਨੂੰ ਮਾਰਬਲ ਜਾਂ ਸੋਨੇ ਦਾ ਜਾਂ ਹੋਰ ਚੀਜ਼ਾਂ ਦਾ ਰੂਪ ਦੇ ਦਿੱਤਾ ਜਾਂਦਾ ਸੀ। ਇਸਨੂੰ ਮਾਰਬਲ ਦਾ ਰੂਪ ਦਿੱਤਾ ਗਿਆ, ਔਰ ਇਹ ਤੁਸੀਂ ਤਸਵੀਰ ਜਿਹੜੀ ਹੈ ਦੇਖੀ ਹੈ, ਕਮਾਲ ਦੀ ਨਿਆਮਤ, ਕਮਾਲ ਦੀ ਇਹ ਚੀਜ਼ ਜਿਹੜੀ ਹੈ ਤੁਹਾਨੂੰ ਦਿਖਾਈ ਹੈ। ਇਹ ਮਹਾਰਾਣੀ ਜਿੰਦਾ ਦੇ ਨਾਲ ਜੁੜਿਆ ਹੋਇਆ ਜੋ ਇਤਿਹਾਸ ਹੈ, ਲਾਹੌਰ ਦੇ ਕਿਲ੍ਹੇ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੁਗਲਾਂ ਦੇ ਇਸਤੇਮਾਲ ਕੀਤਾ ਜਾਂਦਾ ਸੀ ਤਲਵਾਰਾਂ ਨੂੰ, ਜਿਹੜੀ ਸਿੱਖਾਂ ਇਸਤੇਮਾਲ ਕੀਤਾ ਜਾਂਦਾ ਤਲਵਾਰਾਂ ਹੁੰਦੀਆਂ ਸਨ, ਉਹ ਸਿੱਧੀਆਂ ਹੁੰਦੀਆਂ ਸਨ ਅੱਗੇ, ਖੂਨ ਵੀ ਲੱਗਾ ਆ ਜਾਂਦਾ। ਸਿੱਖ ਰਾਜ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਤਲਵਾਰਾਂ, ਖੂਨ ਲੱਗਿਆ ਹੋਇਆ ਨਜ਼ਰ ਆ ਰਿਹਾ। ਉਸ ਤੋਂ ਬਾਅਦ ਜਦੋਂ ਵੇਖੋ ਅੰਗਰੇਜ਼ ਆਏ ਸਨ, ਅੰਗਰੇਜ਼ ਦੌਰ ਤੋਂ ਉਹਨਾਂ ਨੇ ਇਹ ਚੀਜ਼ਾਂ ਇਸਤੇਮਾਲ ਕੀਤੀਆਂ, ਵੱਡੀ ਵੱਡੀ ਗੰਨਾ ਬੰਦੂਕਾਂ। ਸੋ ਮਹਾਰਾਣੀ ਜਿੰਦਾ ਦਾ ਇਹ ਇਤਿਹਾਸਕ ਹੱਥ ਜਿਹੜੇ ਅਸੀਂ ਤੁਹਾਨੂੰ ਦਿਖਾਏ ਨੇ ਲਾਹੌਰ ਦੇ ਵਿੱਚੋਂ, ਡੇਲੀ ਪੋਸਟ ਲਈ ਸਿਮਰਨਜੋਤ ਸਿੰਘ। ਉਸ ਵਾਲਾ